ਦੀਆਂ ਡਿਊਟੀਆਂ ਹੋ ਪਏ। ਅੱਜ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਦੇ ਦੀਵਾਨ ਦਾ ਸਾਰੀ ਜ਼ਿੰਮੇਵਾਰੀ ਅਸੀਂ ਬੀਬੀਆਂ ਨੂੰ ਦਿੱਤੀ ਹੈ। ਇਹਦੇ ਵਿੱਚ ਬੀਬੀ ਨਰਿੰਦਰ ਕੌਰ ਜੀ, ਬੀਬੀ ਪ੍ਰਕਾਸ਼ ਕੌਰ ਜੀ, ਬੀਬੀ ਰਣਜੀਤ ਕੌਰ ਜੀ, ਬੀਬੀ ਖਾਲਸਾ ਜੀ ਤੇ ਸਾਰਿਆਂ ਦੇ ਉਦਮ ਸਦਕਾ ਬੜੇ ਥੋੜੇ ਦਿਨਾਂ ਦੇ ਵਿੱਚ ਜਦੋਂ ਮੈਂ ਧਰਮ ਪ੍ਰਚਾਰ ਦੇ ਮੁਖੀ ਪਰਮਜੀਤ ਸਿੰਘ ਰਾਣਾ ਜੀ ਨਾਲ ਗੱਲ ਕੀਤੀ ਤੇ ਉਹਨਾਂ ਨੇ ਵੀ ਇਹ ਆਖਿਆ ਸਾਧ ਗੁਰਮੋਹਨ ਸਿੰਘ ਜੀ ਸਾਡੇ ਅਡਵਾਈਜ਼ਰ ਔਰ ਸਾਡੇ ਹੋਰ ਅਹੁਦੇਦਾਰ ਸਾਹਿਬਾਨ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਸਾਰੇ ਗੁਰੂਆਂ ਨੇ ਸਮੇਂ ਸਮੇਂ ਤੇ ਇਸਤਰੀਆਂ ਨੂੰ ਉਭਾਰਨ ਦੀ ਗੱਲ ਕੀਤੀ, ਉਹਨਾਂ ਨੂੰ ਬਣਦਾ ਹੱਕ ਦੇਣ ਦੀ ਗੱਲ ਕੀਤੀ। ਕਈ ਆਖਦੇ ਨੇ ਕਿ ਅਸੀਂ ਬਰਾਬਰੀ ਦਾ ਦਰਜਾ ਇਸਤਰੀਆਂ ਨੂੰ ਦੇਣ ਦੀ ਗੱਲ ਕੀਤੀ। ਮੈਂ ਇਸ ਤੋਂ ਫਰਕ ਰੱਖਦਾ ਹਾਂ। ਉਹ ਕਿਉਂ ਫਰਕ ਰੱਖਦਾ ਕਿ ਅਕਾਲ ਪੁਰਖ ਨੇ ਵੀ ਜਿਹੜੀ ਬਖਸ਼ਿਸ਼ ਇਸਤਰੀਆਂ ਨੇ ਕੀਤੀ ਉਹ ਬੰਦਿਆਂ ਨੇ ਨਹੀਂ ਕੀਤੀ, ਮਰਦਾਂ ਨੇ ਨਹੀਂ ਕੀਤੀ। ਅਗਰ ਜਨਮ ਦੇ ਵੀ ਕਿਸੇ ਨੂੰ ਸ਼ਕਤੀ ਦਿੱਤੀ ਹੈ ਤਾਂ ਉਸ ਨੂੰ ਦਿੱਤੀ ਹੈ ਗੁਰੂ ਨੇ ਦਿੱਤੀ। ਜੇ ਅਸੀਂ ਆਖਦੇ ਹਾਂ ਕਿ ਉਹ ਸੱਚੇ ਪਾਤਸ਼ਾਹ ਅਕਾਲ ਪੁਰਖ ਇਸ ਦੁਨੀਆਂ ਦੇ ਸ਼ਿਕਾਇਤਾਂ ਦਾ ਜਨਮ ਦਾਤਾ ਹੈ ਤੇ ਮੈਂ ਸਮਝਦਾ ਆਪਣੇ ਪਾਸ ਉਸਨੇ ਕਿਸੇ ਨੂੰ ਇਹ ਥਾਂ ਦਿੱਤੀ ਹੈ ਤੇ ਉਹ ਇਸਤਰੀਆਂ ਨੂੰ ਦਿੱਤੀ ਹੈ, ਕਿਸੇ ਹੋਰ ਨੂੰ ਨਹੀਂ ਦਿੱਤੀ। ਮੈਂ ਸਮਝਦਾ ਕਿ ਅੱਜ ਅਸੀਂ ਸਮਰਪਿਤ ਕੀਤਾ ਜਿਨ ਸਾਰੇ ਗੁਰੂ ਪਹਿਲਾਂ ਨੂੰ ਔਰ ਖਾਸ ਤੌਰ ਤੇ ਬੇਬੇ ਨਾਨਕੀ ਨੂੰ, ਮਾਤਾ ਤ੍ਰਿਪਤਾ ਜੀ ਨੂੰ ਔਰ ਮਾਤਾ ਸੁਲੱਖਣੀ ਜੀ ਨੂੰ। ਗੁਰੂ ਨਾਨਕ ਪਾਤਸ਼ਾਹ ਦੀ ਆਮਦ ਅਗਰ ਸਭ ਤੋਂ ਪਹਿਲੇ ਕਿਸੇ ਨੇ ਪਹਿਚਾਣਿਆ ਗੁਰੂ ਨਾਨਕ ਪਾਤਸ਼ਾਹ ਨੂੰ ਤੇ ਬੇਬੇ ਨਾਨਕੀ ਨੇ ਵੱਡੀ ਭੈਣ ਨੇ ਪਹਿਚਾਣਿਆ ਤੇ ਉਹਨਾਂ ਤੋਂ ਬਾਅਦ ਦੂਜਾ ਨੰਬਰ ਰਾਏ ਪ੍ਰਾਪਤ ਆ ਜਾਂਦਾ ਹੈ ਜਿਹੜਾ ਉਸ ਸਥਾਨ ਦਾ ਨਵਾਬ ਸੀਗਾ। ਔਰ ਕਿਤੇ ਹਜ਼ਾਰਾਂ ਏਕੜ ਜ਼ਮੀਨ ਗੁਰੂ ਨਾਨਕ ਪਾਤਸ਼ਾਹ ਨੂੰ ਦੇ ਗਿਆ ਜਿਹੜੀ ਅੱਜ ਪਾਕਿਸਤਾਨ ਦੇ ਲਗਾਣਾ ਸਾਹਿਬ ਦੀ ਜ਼ਮੀਨ ਅਸੀਂ ਜਿਹੜੀ ਸਰਕਾਰਾਂ ਦਾ ਗੱਲ ਕਰਦੇ ਹਾਂ ਜੇ ਫੁੱਟ ਫੁੱਟ ਕੀਤੀ ਜਾ ਰਹੀ ਹੈ, ਵੇਚੀ ਜਾ ਰਹੀ ਹੈ। ਐਸਾ ਸਮਾਂ ਵੀ ਆਇਆ ਕਿ ਪਿਤਾ ਮਾਤਾ ਕਾਨੂੰ ਨਾਰਾਜ਼ ਹੋਏ ਔਰ ਨੌਬਤ ਆ ਗਈ ਸੰਜੇ ਸੌਦੇ ਤੋਂ ਬਾਅਦ ਕਿ ਆਪ ਹੀ ਚੁੱਕਣਾ ਪਿਆ ਤੇ ਬੇਬੇ ਨਾਨਕੀ ਨੇ ਅੱਗੇ ਹੋ ਕੇ ਆਪ ਫੜਿਆ। ਉਹਨਾਂ ਆਖਿਆ ਪਿਤਾ ਜੀ ਤੁਹਾਨੂੰ ਪਤਾ ਨਹੀਂ ਕਿ ਕਿਹੜੀ ਰੂਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਸਾਡੇ ਘਰ ਦੇ ਵਿੱਚ ਆਈ ਹੈ। ਸਮਾਂ ਆਏਗਾ ਕਿ ਦੁਨੀਆ ਯਾਦ ਕਰੇਗੀ ਕਿ ਤੁਹਾਡੇ ਘਰ ਦੇ ਵਿੱਚ ਐਸੇ ਬਾਲਕ ਨੇ ਜਨਮ ਲਿਆ। ਇਹ ਸਮਾਂ ਇਹ ਵੀ ਆਇਆ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਵਹੀ ਦਰਿਆ ਜਾਂਦੇ ਨੇ ਔਰ ਬਾਹਰ ਨਹੀਂ ਨਿਕਲਦੇ, ਹਾਹਾਕਾਰ ਮਚ ਜਾਂਦੀ ਹੈ, ਦੁਨੀਆ ਇਕੱਠੀ ਹੋ ਜਾਂਦੀ ਹੈ, ਇੱਕ ਦਿਨ ਦੋ ਦਿਨ ਤਿੰਨ ਦਿਨ ਨਿਕਲ ਜਾਂਦੇ ਨੇ ਤੇ ਆਖਿਆ ਜਾਂਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੁਨੀਆ ਚ ਨਹੀਂ ਗਏ, ਉਹ ਚਲੇ ਗਏ ਨੇ। ਲੇਕਿਨ ਉਸ ਸਥਾਨ ਤੇ ਵੀ ਅਗਰ ਕਿਸੇ ਨੇ ਹੌਸਲਾ ਦਿੱਤਾ ਤੇ ਬੇਟੇ ਨਾਨਕੀ ਨੇ ਕੀ ਸ਼ਬਦ ਚਾਹੇ ਉਹਨਾਂ ਆਖਿਆ ਤੁਸੀਂ ਕਿੱਦਾਂ ਕਹਿ ਸਕਦੇ ਹੋ ਗੁਰੂ ਨਾਨਕ ਸਾਹਿਬ ਚਲੇ ਗਏ ਨੇ, ਉਹ ਜਦ ਨੂੰ ਉਭਾਰਨ ਦੀ ਗੱਲ ਕਿਸੇ ਨੇ ਕੀਤੀ ਤੇ ਗੁਰੂਆਂ ਨੇ ਕੀਤੀ ਤੇ ਕਿਸੇ ਬਹੁਤ
ਕਿਉਂ ਦਿੱਤਾ ਸੀ? ਕਿ ਧੋਣ ਵਾਸਤੇ ਢੋਲ ਪਸ਼ੂ ਇਸਤਰੀ ਨੂੰ ਕਿ ਇਹ ਤਾਂ ਜੇ ਧਾਰੀ ਨਾਲ ਕੁੱਟਣਾ ਚਾਹੀਦਾ। ਤੇ ਗੁਰੂ ਪਾਤਸ਼ਾਹ ਕੀ ਕਹਿੰਦੇ ਨੇ ਕਿ ਸੋਕੋ ਮੁੰਡਾ ਆ ਕੇ ਇੱਥੇ ਚੰਗੇ ਰਾਜਾ ਕਿਤੇ ਦਸਮ ਗੁਰੂ ਇਸਤਰੀਆਂ ਬਾਰੇ ਕੀ ਆਖਦੇ ਨੇ? ਮੈਂ ਸਮਝਦਾ ਕਿ ਇਹਨਾਂ ਨੂੰ ਫੜਦਾ ਹੱਥ ਜੇ ਕਿਸੇ ਨੇ ਦਿੱਤਾ ਜੋ ਸਿੱਖ ਧਰਮ ਦੇ ਲਈ ਦਿੱਤਾ ਗਿਆ, ਇਸ ਤੋਂ ਪਹਿਲੇ ਨਹੀਂ ਦਿੱਤਾ ਗਿਆ ਸੀ। ਖਾਲਸਾ ਜੀ, ਮੈਂ ਸਮਝਦਾ ਦੁਨੀਆਂ ਦੇ ਵਿੱਚ ਜਦੋਂ ਬੱਚਾ ਜਨਮ ਲੈਂਦਾ ਤੇ ਸਭ ਤੋਂ ਪਹਿਲੇ ਜਿਹੜਾ ਉਹਦਾ ਮਾਸਟਰ ਹੈ, ਜਿਹੜਾ ਉਹਦਾ ਸ਼ਿਕਸ਼ਕ ਹੈ, ਕਿਉਂਕਿ ਸ਼ਿਕਸ਼ਕ ਨੂੰ ਗੁਰੂ ਦਾ ਰੂਪ ਵੀ ਦਿੱਤਾ ਗਿਆ ਹੈ, ਉਹ ਮਾਂ ਹੁੰਦੀ। ਮਾਂ ਸ਼ਕਲ ਨਹੀਂ ਦੇ ਸਕਦੀ, ਇਹ ਰੱਬੋ ਆਪਾਂ ਲੈ ਕੇ ਜਾਂਦੇ ਹਾਂ, ਲੇਕਿਨ ਉਹਦੀ ਸੀਰਤ, ਉਹਦੇ ਗੁਣ, ਉਹਦੇ ਉਹ ਸੰਸਕਾਰ ਪਾਣੇ, ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਮਾਂ ਦੀ ਹੁੰਦੀ ਹੈ। ਔਰ ਮੈਂ ਸਮਝਦਾ ਕਿ ਰੱਬ ਨੇ ਇਹੋ ਜਿਹਾ ਸਿਸਟਮ ਬਣਾਇਆ ਤੇ ਬੜਾ ਸੋਚ ਸਮਝ ਕੇ ਬਣਾਇਆ, ਔਰ ਜਿਸ ਤਰੀਕੇ ਨਾਲ ਮਾਂ ਆਪਣੇ ਬੱਚੇ ਨੂੰ ਜਦੋਂ ਉਸਨੂੰ ਸੁਣਨਾ ਨਹੀਂ ਆਉਂਦਾ, ਜਦੋਂ ਉਸਨੂੰ ਬੋਲਣਾ ਨਹੀਂ ਆਉਂਦਾ, ਕਿਸ ਤਰੀਕੇ ਨਾਲ ਉਸਨੂੰ ਹੌਲੀ ਹੌਲੀ ਚੰਗਾ ਇਨਸਾਨ ਨਾਲ ਬਣਾਉਣ ਵਾਲੇ ਪਾਸੇ, ਗੁਰੂ ਨਾਲ ਜੋੜਨ ਵਾਲੇ ਪਾਸੇ ਜਦੋਂ ਤੁਰਦੀ ਹੈ, ਮੈਂ ਸਮਝਦਾ ਇਹ ਰੋਲ ਕੋਈ ਹੋਰ ਅਦਾ ਨਹੀਂ ਕਰ ਸਕਦਾ। ਮਾਂ ਤੋਂ ਬਾਅਦ ਸਕੂਲ ਦਾ ਰੋਲ ਹੈਗਾ, ਜਦੋਂ ਅਸੀਂ ਆਪਣੇ ਬੱਚਿਆਂ ਨੂੰ ਜਾ ਕੇ ਸਕੂਲਾਂ 'ਚ ਦਾਖਲ ਕਰਦੇ ਹਾਂ ਤੇ ਅਧਿਆਪਕਾਂ ਦੇ ਹੱਥਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਦਿੰਦੇ ਹਾਂ। ਮਾਂ ਦੇ ਇਸ ਵੀ ਦੇ ਕਹਾਂਗਾ ਕਿ ਬੜੇ ਜ਼ਰੂਰੀ ਹੈ, ਕਿਤੇ ਬੇਟੀ ਬਣ ਕੇ ਆਪਣੇ ਪਿਤਾ ਨਾਲ, ਕਿਤੇ ਆਪਣੇ ਭਰਾ ਨਾਲ ਭੈਣ ਬਣ ਕੇ, ਕਿਤੇ ਆਪਣੇ ਪਤੀ ਦੀ ਇਸਤਰੀ ਬਣ ਕੇ, ਔਰ ਕਿਤੇ ਆਪਣੇ ਬੱਚਿਆਂ ਦੀ ਮਾਂ ਬਣ ਕੇ, ਇਹ ਚਾਰਾਂ ਰੋਲਸ ਜੇ ਕਦੀ ਬੈਲੈਂਸ ਦੇਖੋ ਤੁਸੀਂ, ਭਰਾ ਭਰਾ ਨਾਲ ਕਹਿਣਗੇ, ਲੇਕਿਨ ਇਸਤਰੀ ਜਿਵੇਂ ਬੈਲੈਂਸ ਰੱਖਦੀ ਹੈ ਪਿਤਾ ਦੇ ਵਿੱਚ, ਪਤੀ ਦੇ ਵਿੱਚ, ਪੁੱਤਰ ਦੇ ਵਿੱਚ, ਮੈਂ ਸਮਝਦਾ ਵਾਂ ਕਿ ਆਪਣੇ ਆਪ ਇੱਕ ਦਾਤ ਹੈ ਜਿਹੜੀ ਗੁਰੂ ਨੇ ਬਖਸ਼ੀ ਹੈ। ਪਰ ਜਿੰਨੀ ਸਹਿਜ, ਜਿੰਨੀ ਸਹਿਣਸ਼ੀਲਤਾ ਉਹਨਾਂ ਸਾਰਿਆਂ ਰਿਸ਼ਤਿਆਂ ਨੂੰ ਨਿਭਾਉਣਾ, ਔਰ ਲੇਕਿਨ ਕਿਤੇ ਵੀ ਗਰੀਬ ਪੁੱਤਰ ਨਹੀਂ ਦੇਣੀ, ਮੈਂ ਸਮਝਦਾ ਬਹੁਤ ਵੱਡੀ ਗੁਰੂ ਨੇ ਇਸਤਰੀ ਦੇ ਵਿੱਚ ਜਿਹੜੇ ਗੁਰੂ ਨੇ ਬਖਸ਼ਿਸ਼ ਇਹਨਾਂ ਨੂੰ ਕੀਤੇ ਨੇ। ਇਹਨਾਂ ਦੇ ਵਿੱਚ ਜੇ ਸਬਰ ਦੇਖਣਾ ਹੋਵੇ, ਜੇ ਸੰਤੋਖ ਦੇਖਣਾ ਹੋਵੇ, ਜੇ ਇਹਨਾਂ ਦੇ ਵਿੱਚ ਸਹਿਣਸ਼ੀਲਤਾ ਦੇਖਣੀ ਹੋਵੇ, ਜੇ ਸਮਰਪਣ ਦੇਖਣਾ ਹੋਵੇ, ਜੇ ਸੇਵਾ ਦੇਖਣੀ ਹੋਵੇ, ਮੈਂ ਸਮਝਦਾ ਕਿ ਦੁਨੀਆਂ ਇਸ ਤੋਂ ਸੀਖ ਲੈ ਕੇ ਜਾ ਸਕਦੀ ਹੈ। ਖਾਲਸਾ ਜੀ, ਜੇ ਰੱਬ ਨੇ ਵੀ ਆਪਾਂ ਬਾਣੀ ਨੂੰ ਕਈ ਜਗ੍ਹਾ ਪੜ੍ਹਦੇ ਹਾਂ, ਜਦੋਂ ਗੁਰੂ ਨੂੰ ਪਾਉਣ ਦੀ ਗੱਲ ਕੀਤੀ ਹੈ, ਮੈਂ ਪੁੱਛਿਆ ਨੇ ਗੁਰੂ ਸਾਹਿਬਾਨਾਂ ਨੇ ਵੀ, ਤੇ ਉਸਨੂੰ ਮੈਨੂੰ ਧਿਆਨ ਨਾ ਪੜੋ ਕਿ ਜੇ ਰੱਬ ਨੂੰ ਪਾਣਾ ਤੇ ਆਪਣੇ ਆਪ ਨੂੰ ਇਸਤਰੀ ਰੂਪ ਚ ਪੇਸ਼ ਕੀਤਾ ਹੈ ਕਿ ਮੈਂ ਸੁਹਾਵਣ ਹੋ ਕੇ ਆਪਣੇ ਕੰਮ ਨੂੰ ਮਿਲਣਾ ਤਾਂ ਤੁਸੀਂ ਰੱਬ ਨੂੰ ਆਖਿਆ। ਇਹ ਸਮਝੋ ਕਿ ਮਹਾਂਪੁਰਸ਼ਾਂ ਨੂੰ ਇਹ ਪਤਾ ਹੈ ਕਿ ਜਦ ਤੱਕ ਮੇਰੇ ਇਹੋ ਜਿਹਾ ਸਮਰਪਣ, ਇਹੋ ਜਿਹਾ ਸੇਵਾ, ਇਹੋ ਜਿਹੀ ਡੈਡੀਕੇਸ਼ਨ ਨਹੀਂ ਆ ਸਕਦੀ, ਮੈਂ ਆਪਣੇ ਕੰਮ ਨੂੰ ਨਹੀਂ ਪਾ ਸਕਦੀ। ਮੈਂ ਕੰਮ ਨੂੰ ਤਾਂ ਪਾ ਸਕਦੀ ਹਾਂ ਜਦੋਂ ਮੈਂ ਇਸਤਰੀ ਰੂਪ ਚ ਜਾਂਦਾ। ਮੈਂ ਸਮਝਦਾ ਕਿ ਜਿੰਨੇ ਹਿੰਦੂ
ने अगर सब तो ज्यादा किसे भी ऐसे तो साढ़े तरफ और एक तो वही शर्त की गल की है कि हिंदुस्तान के बीच सब तो ज्यादा फर्क बॉयज टू गर्ल के बीच है कुड़िया मुंडे के बीच है तो उस स्थान पर है जिस स्थान पर निके साहबजादे को दुनिया में तोड़ दिया गया फतेहगढ़ साहब हजार मुंडे पिछे 764 कुड़ी है मैं समझा कि सानू कि गुरु को जो मुंह दिखावे तो शायद गुरु बख्शेगा नहीं सानू चाहे कर्मा नहीं बख्शेगा खाली गला के नाल गुरु दिया सत्रह होने के नाल तुम इस ठीक नहीं कर सकते अब मैं भी हैरान हूं कि अब किसी भी स्त्री भी आपकी दुश्मन बन चुकी है क्यों भी आवाज उठते जो यही गल होती है क्यों भी आवाज उठते जो पैसा मंगया जाता है दुनिया जिसने आवाज चुकी है दुनिया के पिछे खड़ो और वक्त आ गया है कि तू अपने आप को बदलना है एक बेनती मैं मावा भी करनी है कि अभी अपने बच्चों को सुखी वाले पास तोड़िए अभी आप ही इन्हों जा के केसों का कतल करवाइए उन्होंने गलत आपने पास जा रोकने के बुरे जब तक कि असं करा मैं समझता जिम्मेवारी औरतों से भी बहुत बड़ी है आप जिम्मेवारी मैं बेटियों को बेनती करता कि माता पिता बड़ी मुश्किलों मार रहे हैं एक पास यह भी देखते हैं कुछ बेटी को मार रहे हैं लेकिन क्या बिहार दिया फौजा कही उन्होंने जाके मदद की मैं धनबाद करता इस देश को कि जे असी अब तो हफ्ता पहले अपील की जिस तरीके का दिवाली के बाद वातावरण प्रदूषित होया कि गुरु नानक पातशाह के जन्म दिन में हरेक सिख जिसे शबद कीर्तन जिसे नगर कीर्तन नगर प्रचार चलते हैं उसे पानी करता पटाखे चलते दिल्ली सिख गुरुद्वारा कमेटी ने पहल की मगर इस गल का माण है कि पंद्रह दिन तो निकल रही है कल एडा वा नगर कीर्तन निकलिया किसी ने पटाखा नहीं चलाया किसी ने आतिशबाजी नहीं चलाई और दुनिया ने परसों में किसी फंक्शन किया दिल्ली का लेफ्टिनेंट गवर्नर को मिले नवीन जल दिल्ली का पुलिस कमिश्नर अलोक वर्मा और बहुत वे वे शख्सियतें एक एक बंदे ने आके आख्या कि जो आपने आज मैसेज दे दिया दुनिया में वो कमाल है मैं पूछता हूं तो नानक पातशाह ने सारी माता की गल की भले की गल की मनुखता की सहूलत देने की गल की गुरु का सिंह कि लोगों को फिर सहूलत कर सकता है मैं एक बार बधाई देना सारी संगत को तुम यह अपील मनी और तुम इसे पूरा पहला कि किसी किस्म की आतिशबाजी और पटाके नहीं चले कल का दिन गुरुपुरब है गुरु महाराज ने मेहर करके कि अभी इस काम के लिए कामयाब होइए कि अपने बच्चे भी इस काम को समझने की कोशिश करें आज सवेरे तो मनु कई होना है उन्हें नीचे नीचे सदर गुरु ने सामू विलक्षण स्वरूप दिता है तो विलक्षण स्वरूप के नाम विलक्षण कर्म भी दसते थे कर्म के और जब तुम वो करते हो भावे में किन्ना बड़ा बड़ा हुआ जब मैं गुरु में दसते लाभ हो जाता तो दरबार के लोग भी तुम देवता कहते थे मैं समझता हूं कि अब सवेरे न पारे टाइम से दिल्ली च एक वही अखबार है साढ़े सवेरा की दिल्ली छपती है अब फ्रेश पेज पर स्टोरी है जिसने आप लीक नौ हजार के लोग कम हुए अगले दिन मैं फोन लगता है साढ़े स्टाफ का ड्राइवर सरदार का कि कर्नाटका को 250 बीबिया आके इतने बैठिया ने जंतर मंत्र के धरने लिए लेकिन मोर कम हो गया तो 500 हजार के लोग है ना कानून का रह लू वापस जाने का किराया भी नहीं कर सकते क्योंकि रोड नहीं चलते मैं उसे भी आख्या कि गुरुद्वारा साहब लैव लैब की खास और लंगर प्रशादे फोटो
ਸਾਹਿਬਾਂ ਨੇ ਵੀ ਗੁਰਦੁਆਰੇ ਦੇ ਵਿੱਚੋਂ ਮਦਦ ਕਰਕੇ ਉਹਨਾਂ ਨੂੰ ਆਪਣੇ ਘਰ ਚ ਭੇਜੇ। ਇਹ ਹੈ ਸਿੱਖੀ। ਤੇ ਜੇ ਤੁਸੀਂ ਪਟਾਕੇ ਬੰਦ ਕੀਤੇ ਤਾਂ ਹਿੰਦੁਸਤਾਨ ਟਾਈਮ ਪੜੋ, ਐਸੀ ਸਿੱਧੀ ਚਾਰ ਦਿਨ ਪਹਿਲੇ ਵੀ ਟੈਕਸ ਆਫ ਇੰਡੀਆ ਪੜੋ, ਇੱਕ ਇੱਕ ਬੰਦੇ ਨੇ ਤੁਹਾਡੀ ਤਰੀਫ ਕੀਤੀ। ਅੱਜ ਮੈਂ ਹੋਰ ਅਪੀਲ ਕਰਦਾ, ਅੱਜ ਪੂਰਾ ਹਿੰਦੁਸਤਾਨ ਏਟੀਐਮ ਔਰ ਬੈਂਕਾਂ ਦੇ ਬਾਹਰ ਖੜਾ ਹੈ। ਅੱਜ ਅਸੀਂ ਗੁਰੂ ਨਾਨਕ ਦਾ ਦਿਨ ਮਨਾ ਰਹੇ ਹਾਂ। ਉਹ ਗੁਰੂ ਨਾਨਕ ਨੇ ਬੰਦਾ ਸੌਦਾ ਕੀਤਾ ਸੀ 20 ਰੁਪਏ ਦਾ, ਉਹ 20 ਰੁਪਏ ਦਾ ਸੌਦਾ, ਉਹ 20 ਰੁਪਏ ਦਾ ਨਗਰ ਅੱਜ ਤੱਕ ਸਿੱਖਾਂ ਦੇ ਬਾਅਦ ਨਹੀਂ ਹੋ ਦਿੱਤਾ। ਕਿੰਨੇ ਰਾਜੀ ਆਦਮੀ ਉਹਨਾਂ ਨੇ ਆਪਣੇ ਘਰ ਚ ਰੋਟੀ ਹੈ ਕਿ ਨਹੀਂ ਹੈ ਉਹਨਾਂ ਨੇ ਗੁਆਂਢੀਆਂ ਨੂੰ ਦਿੱਤੀ। ਪਿਛਲੇ ਦਿਨੀ ਦੋ ਦਿਨ ਗੁਰਦੁਆਰੇ ਦੇ ਉੱਤੇ ਟੋਲ ਤੇ ਜਾਮ ਲੱਗਾ ਰਿਹਾ, 14-14 ਘੰਟੇ ਜਾਮ ਲੱਗਾ ਰਿਹਾ। ਗੁਰੂ ਕੇ ਜੀਤੀਆਂ ਜਗ੍ਹਾ ਨਿਕਲ ਕੇ ਪ੍ਰਸ਼ਾਦੇ ਲੋਕਾਂ ਨੂੰ ਸੜਕਾਂ ਤੇ ਪਹੁੰਚੀਆਂ ਗਈਆਂ। ਅੱਜ ਮੈਂ ਅਪੀਲ ਕਰਦਾ ਤੁਹਾਡੇ ਘਰ ਦੇ ਕੋਲ, ਤੁਹਾਡੀਆਂ ਸਿੰਘ ਸਭਾਵਾਂ ਦੇ ਕੋਲ, ਜਿੱਥੇ ਵੀ ਉਹ ਲਾਈਨ ਲੱਗੀ ਹੈ, ਅੱਜ ਗੁਰੂ ਨਾਨਕ ਦਾ ਦਿਨ ਉਹਨਾਂ ਨੂੰ ਦੱਸ ਦਿਓ ਕਿ 20 ਰੁਪਏ ਦਾ ਸੱਚਾ ਸਰਦਾਰ ਵੀ ਚੱਲਦਾ ਜੇ, ਭਾਵੇਂ ਚਾਹ ਦਿਓ, ਭਾਵੇਂ ਪਾਣੀ ਦਿਓ, ਭਾਵੇਂ ਪਕੌੜੇ ਬਣਾ ਕੇ ਦਿਓ, ਭਾਵੇਂ ਰਿਸ਼ਵਤ ਵੱਡੋ, ਭਾਵੇਂ ਗੁਰਦੁਆਰੇ ਦਾ ਮੰਦਰ ਬਣਾ ਕੇ ਵੱਡੋ। ਅੱਜ ਦੁਨੀਆਂ ਨੂੰ ਦੱਸ ਦਿਓ ਕਿ ਜਿਹਨਾਂ ਨੂੰ ਤੁਸੀਂ ਚੁਰਾਸੀ 'ਚ ਜਾ ਕੇ ਰੱਜ ਕਰਕੇ ਮਾਰਿਆ ਸੀ, ਇਹ ਅੱਜ ਵੀ ਮਨੁੱਖਾਂ ਦੇ ਉੱਤੇ ਖੜੇ ਨੇ, ਇਹ ਅੱਜ ਵੀ ਗੁਰੂ ਨਾਨਕ ਦੇ ਸੰਦੇਸ਼ ਦੇ ਉੱਤੇ ਖੜੇ ਨੇ। ਦਿੱਤਾ।
ਧਰਮ ਪ੍ਰਚਾਰ ਦੀ ਟੀਮ ਪਰਮਜੀਤ ਸਿੰਘ ਰਾਣਾ ਔਰ ਸਾਡੇ ਆਪਣੇ ਰਾਮ ਸਾਹਿਬਾਨ ਬਾਹੂ ਇਹ ਸਾਰੇ ਪ੍ਰੋਗਰਾਮਾਂ ਦਾ ਜਾਣੂ ਕਰਾਣਗੇ। ਮੈਂ ਸਮਝਦਾ ਕਿ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ 300 ਸਾਲਾਂ ਜ਼ਮੀਨ 'ਚ ਮਨਾਇਆ ਤੇ 150 ਸਾਲਾਂ ਪ੍ਰਸੰਗ ਪਿਤਾ ਦਾ ਜਿੱਥੇ ਪ੍ਰਧਾਨ ਮੰਤਰੀ ਨੂੰ ਨਾਲ ਮਿਲੇ ਵੀ ਦੀਵਾਰ ਤੋਂ ਪਹਿਲੀ ਦਫ਼ਾ ਦਸਮ ਪਿਤਾ ਬਾਰੇ ਗੱਲ ਕਰਨੀ ਪੈ ਗਈ। ਅਸੀਂ ਮਜਬੂਰ ਕਰ ਲਈਏ ਕਿ ਜਿਹੜਾ ਨਵਾਂ ਪ੍ਰੈਜੀਡੈਂਟ ਟਰੰਪ ਆ ਰਿਹਾ ਅਮਰੀਕਾ ਉਹ ਵੀ ਗੱਲ ਕਰੇ ਦਸਮ ਪਿਤਾ ਨੂੰ ਇਸ ਵਾਰੀ ਜ਼ਰੂਰ ਕਰੇਗਾ ਕਿਉਂਕਿ ਜਦੋਂ ਤੁਸੀਂ ਇਹਨਾਂ ਸ਼ਤਾਬਦੀ ਨੂੰ ਚੰਗੀ ਤਰ੍ਹਾਂ ਮਨਾਓਗੇ ਦੁਨੀਆ ਤੁਹਾਡੇ ਕੋਲ ਜਾਏਗੀ। ਮੈਂ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਦਾ ਖਾਸ ਤੌਰ ਤੇ ਸਾਰੇ ਸਿੱਖ ਸਭਾਵਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਇਤਨੀ ਸਸਤਕ ਸਭਾਵਾਂ ਸੁਖਮਨੀ ਸਾਹਿਬ ਸੋਸਾਇਟੀਆਂ ਸੇਵੇ ਦਿੱਤੇ ਨਾਲ ਬੀਬੀ ਨਰਿੰਦਰ ਕੌਰ ਜੀ, ਰਣਜੀਤ ਕੌਰ ਜੀ, ਬੀਬੀ ਖਾਲਸਾ ਔਰ ਬੀਬੀ ਪ੍ਰਕਾਸ਼ ਕੌਰ ਜੀ, ਮੈਂ ਇਹਨਾਂ ਨੂੰ ਧੰਨਵਾਦੀ ਹਾਂ ਕਿ ਅਸੀਂ ਸੋਚ ਤੁਹਾਡੇ ਪਾਸ ਚਾਹੀ ਔਰ ਪਿੱਛੇ ਤੁਸੀਂ ਜਦੋਂ ਕਨਵੈਨਸ਼ਨ ਕੀਤੀ ਸੀ ਜਿਹਦੇ ਅਸੀਂ ਡੀਪ ਹਿਸਟਰੀਆਂ ਦੀ ਕਨਵੈਨਸ਼ਨ ਦਾ ਫੈਸਲਾ ਕੀਤਾ, ਅਸੀਂ ਸੋਚਿਆ ਕਦੀ ਵੀ 500 ਬੀਬੀ ਆ ਕੇ ਪੁੱਛੇ ਨਹੀਂ ਹੈ, ਪਤਾ ਲੱਗਾ ਵੀ 800, 1000, 1200 ਫਿਰ ਇਹ ਪਤਾ ਲੱਗਾ ਕੁਛ ਪਤਾ ਨਹੀਂ ਕਿੰਨੀਆਂ ਹੋਣੀਆਂ। ਵੀਰਵਾਰ ਵਾਲੇ ਦਿਨ ਵਰਕਿੰਗ ਡੇ ਤੇ ਜਦੋਂ 4000 ਤੋਂ ਵੱਧ ਗਿਣਤੀ ਹੋ ਗਈ ਲੱਕੀ ਸ਼ਾਹ ਵਿਚਾਰਾ ਹਾਲ ਅੰਦਰ ਬਹਿ ਦੀ ਥਾਂ ਨਹੀਂ ਸੀ, ਉਸ ਤੋਂ ਵੱਧ ਥਾਂ ਸੀਗੇ। ਮੈਂ ਸਮਝਦਾ ਤੁਸੀਂ ਬਹੁਤ ਵੱਡਾ ਹੁੰਗਾਰਾ ਸਾਨੂੰ ਦਿੰਦੇ ਹੋ ਔਰ ਜਦੋਂ ਤੁਸੀਂ ਹੁੰਗਾਰਾ ਦਿੰਦੇ ਹੋ ਸਾਡਾ ਹੌਸਲਾ ਵੱਧਦਾ ਕੰਮ ਕਰਨ ਲਈ ਔਰ ਅਸੀਂ ਕੰਮ ਹਮੇਸ਼ਾ ਜਾਰੀ ਰੱਖਾਂਗੇ ਜਾਰੀ ਰੱਖਾਂਗੇ ਜੋ ਗੁਰੂ ਨੂੰ ਪਾਉਂਦੇ ਹੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।